ਦੁਆਰਾ ਮਸਤੂਆਂ ਸਾਹਿਬ ਵੱਲੋਂ, ਟਰੱਸਟ ਵੱਲੋਂ, ਕੌਂਸਲ ਵੱਲੋਂ, ਟਰੱਸਟ ਦੇ ਚੇਅਰਮੈਨ ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਵੱਲੋਂ ਬਹੁਤ ਬਹੁਤ ਮੁਬਾਰਕਾਂ ਦਿੰਦਾ। ਇਹ ਜਿਹੜਾ ਦੁਸਹਿਰੇ ਦਾ ਤਿਉਹਾਰ ਹੈ, ਇਹ ਇੱਕ ਬਦੀ ਅਤੇ ਨੇਕੀ ਦੀ ਜਿੱਤ ਦਾ ਜਿਹੜਾ ਇੱਕ ਪ੍ਰਤੀਕ ਹੈ, ਔਰ ਇਹ ਸਾਰੀਆਂ ਹਿੰਦੂ, ਸਿੱਖ, ਮੁਸਲਮਾਨ ਸਾਰੇ ਧਰਮਾਂ ਦਾ ਇੱਕ ਤਰ੍ਹਾਂ ਦਾ ਇਹ ਸਾਂਝਾ ਤਿਉਹਾਰ ਮੰਨਿਆ ਜਾਂਦਾ। ਔਰ ਸਾਨੂੰ ਸਾਰਿਆਂ ਨੂੰ ਇਸ ਤਿਉਹਾਰ ਦਾ ਜਿਹੜਾ ਸੰਦੇਸ਼ ਹੈ ਉਹ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਸਾਨੂੰ ਜਿਹੜੀਆਂ ਵਧੀਆਂ ਨੇ ਸਾਡੇ ਸਮਾਜ ਦੇ ਵਿੱਚ ਫੈਲੀਆਂ ਹੋਈਆਂ, ਉਹਨਾਂ ਨੂੰ ਖਤਮ ਕਰਨਾ ਚਾਹੀਦਾ। ਉਹਨਾਂ 'ਤੇ ਇੱਕ ਤਰ੍ਹਾਂ ਦੀ ਵਧੀਆ 'ਤੇ ਜਿੱਤ ਦਾ ਇਹ ਜਿਹੜਾ ਪ੍ਰਤੀਕ ਹੈ, ਜਿਵੇਂ ਅੱਜ ਸਾਡੇ ਸਮਾਜ ਦੇ ਵਿੱਚ ਨਸ਼ਿਆਂ ਦਾ ਗੱਲ ਚੱਲ ਰਹੀ ਹੈ ਜਾਂ ਹੋਰ ਬਹੁਤ ਸਾਰੀਆਂ ਕ੍ਰਿਤੀਆਂ ਨੇ, ਉਹਨਾਂ ਨੂੰ ਖਤਮ ਕਰਨ ਲਈ ਸਾਨੂੰ ਇਹ ਇਸ ਜਿਹੜੇ ਦੁਸਹਿਰੇ ਦੇ ਤਿਉਹਾਰ 'ਤੇ ਇਹ ਜਿਹੜੀ ਆਪਦੀ ਇੱਕ ਮਨ ਬਣਾਉਣਾ ਚਾਹੀਦਾ। ਸੋ ਇਹੀ ਜਿਹੜੀ ਹੈ ਸਹੀ ਸਾਡੀ ਇਹਨਾਂ ਤਿਉਹਾਰਾਂ ਦੇ ਪ੍ਰਤੀ ਉਹਨਾਂ ਤੋਂ ਸੰਦੇਸ਼ ਪ੍ਰਾਪਤ ਕਰਨ ਦਾ ਜਿਹੜਾ ਅਸਲੀ ਮਕਸਦ ਪੂਰਾ ਹੁੰਦਾ। ਫਿਰ ਮੈਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।